ਪੰਜਾਬ ਦੇ ਅਮੀਰ ਸੱਭਿਆਚਾਰ ਵਿਰਸੇ ਨੂੰ ਜਿਉਂਦਾ ਰੱਖਣ ਲਈ ਅੱਜ ਭਾਈ ਦਮਨ ਸਿੰਘ ਨਗਰ ਮੋਗਾ ਵਿਖੇ ਗੁਰਪ੍ਰੀਤ ਸਿੰਘ ਗੋਪੀ ਰਾਉਕੇ ਅਤੇ ਮੈਡਮ ਮਨਜੀਤ ਕੌਰ ਤਾਲੀਵਾਲ ਰਾਉਕੇ ਵੱਲੋਂ ਵਿਸ਼ੇਸ਼ ਉਦਮ ਸਦਕਾ ਧੀਆਂ ਦਾ ਵਿਸ਼ੇਸ਼ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲਾ ਅਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਰਾਜਿੰਦਰ ਕੌਰ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ ਤੋਂ ਇਲਾਵਾ ਜਗਬਾਣੀ ਪੰਜਾਬ ਕੇਸਰੀ ਦੇ ਜ਼ਿਲ੍ਹਾ ਇੰਚਾਰਜ ਗੋਪੀ ਰਾਉਕੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। 7 ਦਿਨ ਚੱਲੇ ਤੀਆਂ ਦੇ ਆਖਰੀ ਦਿਨ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਰਸਮੀ ਉਦਘਾਟਨ ਵੈਲਫੇਅਰ ਕਲੱਬ ਦੇ ਮੈਂਬਰਾਂ ਨੇ ਸਾਂਝੇ ਤੌਰ 'ਤੇ ਕੀਤਾ। ਤੀਆਂ ਦੀ ਸਮਾਪਤੀ ਸਮਾਗਮ ਦਰਮਿਆਨ ਪਿੰਡ ਦੀਆਂ 400 ਔਰਤਾਂ ਨੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦਾ ਲਿਬਾਸ ਪਹਿਨ ਕੇ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਸੱਗੀ ਫੁੱਲ ਪਹਿਨ ਕੇ ਘੋੜੀਆਂ ਸਿੱਠਣੀਆਂ ਅਤੇ ਸੁਹਾਗ ਗਾਇਆ ਅਤੇ ਖੂਬ ਮਨੋਰੰਜਨ ਕੀਤਾ। ਇਸ ਮੌਕੇ ਮੈਡਮ ਮਨਜੀਤ ਕੌਰ ਤਾਲੀਵਾਲ ਅਤੇ ਨੀਲਮ ਕੌਰ ਪਿੰਡਰ ਨੇ ਕਿਹਾ ਕਿ ਸਾਡੀਆਂ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ। ਗਰਾਊਂਡ ਵਿੱਚ ਪਾਇਆ ਜਾਣ ਵਾਲਾ ਗਿੱਧਾ ਡੀਜੇ ਨੇ ਬਿਲਕੁਲ ਖਤਮ ਕਰ ਦਿੱਤਾ ਸੀ। ਅੱਜ ਉਸ ਸਮੇਂ ਮਨ ਬਹੁਤ ਖੁਸ਼ ਹੋਇਆ ਜਦੋਂ ਸਾਡੀਆਂ ਬੱਚਿਆਂ ਨੇ ਵੀ ਤੀਆਂ ਦੇ ਮੇਲੇ ਵਿੱਚ ਖੂਬ ਆਨੰਦ ਮਾਣਿਆ ਅਤੇ ਗਿੱਧਾ ਦੇ ਬੋਲੀਆਂ ਪਾਈਆਂ। ਜਿੱਦਾਂ ਕਿ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਨਿਊ ਜਨਰੇਸ਼ਨ ਆ ਜੋ ਕਿ ਆਪਣਾ ਪੰਜਾਬੀ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ, ਇਹਦੇ ਵਿੱਚ ਅੱਜ ਨਵਾਂ ਰੰਗਾਰੰਗ ਪ੍ਰੋਗਰਾਮ ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ ਵਿੱਚ ਜੋ ਪਿਛਲੇ ਜ਼ਮਾਨੇ ਵਿੱਚ ਮਨਾਇਆ ਜਾਂਦਾ ਸੀਗਾ, ਉਸ ਟਾਈਮ ਦੇ ਵਿੱਚ ਖੁਦ ਬੋਲੀਆਂ ਪਾਈਆਂ ਜਾਂਦੀਆਂ ਸੀਗੀਆਂ। ਅੱਜ ਕੱਲ੍ਹ ਜ਼ਿਆਦਾਤਰ ਲੋਕ DJ 'ਤੇ ਇੰਜੋਏ ਕਰਕੇ ਖੁਸ਼ ਨੇ, ਜਿਸ ਤਰ੍ਹਾਂ ਕਿ ਵਿਆਹ ਸ਼ਾਦੀ ਦੇ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਸੀਗੀਆਂ। ਅੱਜ ਕੱਲ੍ਹ ਲੋਕ ਚਾਹੁੰਦੇ ਨੇ ਕਿ ਜੋ ਨਿਊ ਜਨਰੇਸ਼ਨ ਹੈ ਕਿ DJ 'ਤੇ ਜ਼ਿਆਦਾ ਇੰਜੋਏ ਕਰਦੇ ਹਨ, ਇਸ ਕਰਕੇ ਪੰਜਾਬੀ ਜੋ ਸੱਭਿਆਚਾਰ ਆਪਣਾ ਅਲੋਪ ਹੁੰਦਾ ਜਾ ਰਿਹਾ, ਉਸ ਨੂੰ ਨਿਊ ਜਾਗਰੂਕ ਕਰਨ ਦੇ ਲਈ ਇਹ ਸਭ ਕੁਝ ਪ੍ਰੋਗਰਾਮ ਮਨਾਇਆ ਜਾ ਰਿਹਾ। ਸਹਾਈ ਹੁੰਦੀਆਂ ਨੇ ਇਹੋ ਜਿਹੀਆਂ ਤੀਆਂ ਜਿਹੜੀਆਂ ਪੁਰਾਣੇ ਸੱਭਿਆਚਾਰ ਤੋਂ ਬਚਾਉਂਦੇ ਨੇ। ਪੁਰਾਣੇ ਸੱਭਿਆਚਾਰ ਦੇ ਵਿੱਚ ਜਿਸ ਤਰ੍ਹਾਂ ਸਾਉਣ ਦੇ ਮਹੀਨੇ ਦੇ ਵਿੱਚ ਲੜਕੀਆਂ ਆਪਣੇ ਪੇਕੇ ਪਿੰਡ ਜਾਂਦੀਆਂ ਸਨ ਅਤੇ ਉੱਥੇ ਜਾ ਕੇ ਜਿਸ ਤਰ੍ਹਾਂ ਚਰਖਾ ਕੱਤਣਾ, ਪੀਂਘਾਂ ਪਾਈਆਂ ਜਾਂਦੀਆਂ ਸਨ, ਪੀਂਘਾਂ ਝੂਟਦੀਆਂ ਸਨ ਅਤੇ ਉਸ ਦੇ ਨਾਲ ਹੀ ਗਿੱਧਾ ਪਾਇਆ ਜਾਂਦਾ ਸੀਗਾ। ਸਾਉਣ ਦੇ ਮਹੀਨੇ ਦੀ ਵਿਸ਼ੇਸ਼ ਇਹੀ ਮਹੱਤਤਾ ਹੈ। ਉਸ ਤੋਂ ਬਾਅਦ ਜੋ ਕਿ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਜੋ ਪੰਜਾਬੀ ਕਲਚਰ ਆ ਉਸ ਦੇ ਵਿੱਚ ਇਹ ਰੰਗਾਰੰਗ ਪ੍ਰੋਗਰਾਮ ਮਨਾਏ ਜਾਂਦੇ ਹਨ ਜਾਂ ਕਿ ਤਾਂ ਜੋ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ। ਅੱਜ ਜਿਹੜੀਆਂ ਤੀਆਂ ਤੁਸੀਂ ਮਨਾਈਆਂ, ਬੋਲੀਆਂ ਪਾ ਕੇ ਮਨਾਈਆਂ ਜਾਂ DJ 'ਤੇ ਮਨਾਈਆਂ? ਅੱਜ ਜੋ ਵੀ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਅੱਜ ਜੋ ਨਵੀਂ ਨੌਜਵਾਨ ਪੀੜ੍ਹੀ ਆ ਜਿਨ੍ਹਾਂ ਨੂੰ ਬੋਲੀਆਂ ਪਾਈਆਂ ਵੀ ਹਨ ਅਤੇ ਉਸ ਤੋਂ ਬਾਅਦ DJ ਦੇ ਵਿੱਚ ਜੋ ਬੱਚੇ ਚਾਹੁੰਦੇ ਸਨ ਇੰਜੋਏ ਕੀਤਾ ਜਾਵੇ, ਉਸ ਦੇ ਲਈ DJ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਖੁਸ਼ ਹੋਈਏ ਹਾਂਜੀ, ਵੈਰੀ ਹੈਪੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੇ ਮੋਗਾ ਦੇ ਵਿੱਚ ਤੀਆਂ ਦਾ ਤਿਉਹਾਰ ਅਸੀਂ ਬੜੇ ਹੀ ਉਤਸ਼ਾਹ ਨਾਲ ਮਨਾ ਰਹੇ ਹਾਂ ਅਤੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਸਾਡੇ ਰਿਸਪੈਕਟਡ MLA
ਡਾਕਟਰ ਹਰਜੋਤ ਕਮਲ ਜੀ ਜਿਹੜੇ ਸਾਡੇ ਸੋਹਣੇ ਸੱਦੇ 'ਤੇ ਕਹਿਣ 'ਤੇ ਆਏ, ਅਸੀਂ ਉਹਨਾਂ ਦਾ ਦਿਲ ਧੰਨਵਾਦ ਕਰਦੇ ਹਾਂ। ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਸੱਭਿਆਚਾਰ ਦਿਨੋਂ ਦਿਨ ਅਲੋਪ ਹੁੰਦਾ ਜਾ ਰਿਹਾ ਅਤੇ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਮੋਗਾ ਦੇ ਵਿੱਚ ਅੱਜ ਬਹੁਤ ਹੀ ਧੂਮ ਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ, ਬਹੁਤ ਸਾਰੇ ਜਣੇ ਅਸੀਂ ਫਨ ਕਰ ਰਹੇ ਹਾਂ ਅਤੇ ਸਾਰੇ ਇੰਜੋਏ ਕਰ ਰਹੇ ਹਾਂ। ਮੋਗਾ ਤੋਂ ਚਮਕੌਰ ਸਿੰਘ ਦੋਪੋਲੀ ਰਿਪੋਰਟ।